ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਤੇ ਡੀਐਸਪੀ ਇਨਵੈਸਟੀਗੇਸ਼ਨ ਪਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਆਈ ਸਟਾਫ ਇੰਚਾਰਜ ਸੁਰਿੰਦਰ ਸਿੰਘ ਪਵਾਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਦੋ ਵੱਖ ਵੱਖ ਕੇਸਾਂ ਵਿੱਚ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜੱਗਾ ਮਸੀ ਵਾਸੀ ਤਲਵੰਡੀ ਝੂਰਾ ਨੂੰ 13 ਗ੍ਰਾਮ ਹੀਰੋਇਨ, ਇੱਕ ਮੋਟਰਸਾਈਕਲ, 4 ਵਿਅਕਤੀ ਗੁਰਪ੍ਰੀਤ ਸਿੰਘ ਸਾਹਬਾ, ਆਸ਼ੀਸ਼ ਆਸੂ, ਸੂਰਜ, ਅਰੁਣਪ੍ਰੀਤ ਸਿੰਘ ਜੱਗੀ ਨੂੰ 3 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੀ। ਸੀਏ ਇੰਚਾਰਜ ਪਵਾਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਖਿਲਾਫ਼ ਬੰਦੀ ਧਾਰਾ ਤਹਿਤ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕ੍ਰਾਈਮ ਰਿਪੋਰਟਰ ਰਿੰਕੂ ਰਾਜਾ ਦੇ ਨਾਲ ਨਰਿੰਦਰ ਪੁਰੇਵਾਲ ਦੀ ਖਾਸ ਰਿਪੋਰਟ ਲਾਈਟ ਅਪਨੇਸ਼ਨ ਨਿਊਜ਼। 2/8/19 ਨੂੰ ਸਾਨੂੰ ਸੂਚਨਾ ਮਿਲੀ ਵੀ ਮੋੜ ਪਿੰਡ ਧੀਰ 'ਤੇ ਨਾਕਾ ਲਾਇਆ ਸੀ ਮੇਰੀ ਪੁਲਿਸ ਪਾਰਟੀ ਨੇ। ਉੱਥੇ ਪਤਾ ਲੱਗਾ ਵੀ ਆਹ ਜਿਹੜੇ ਬੰਦੇ ਨੇ ਆਸ਼ੀਸ਼ ਉਰਫ ਆਸ਼ੂ, ਗੁਰਪ੍ਰੀਤ ਉਰਫ ਸਾਹਬਾ ਅਤੇ ਸੂਰਜ ਪੁੱਤਰ ਮੁੱਖਾ, ਅਰਨਪ੍ਰੀਤ ਸਿੰਘ ਜੱਗੀ, ਇਹ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਇੱਥੇ ਲਿਆ ਕੇ ਅਤੇ ਵੇਚਦੇ ਨੇ। ਉਹਨਾਂ ਦੀ ਇਨਫੋਰਮੇਸ਼ਨ ਖਾਸ ਹੋਣ ਕਰਕੇ ਫਿਰ ਅਸੀਂ ਨਾਕਾ ਲਾਇਆ। ਉੱਥੋਂ ਜਿਹੜੇ ਦੋ ਮੋਟਰਸਾਈਕਲਾਂ ਦੇ ਇਹਨਾਂ ਨੂੰ ਹੁੰਦਿਆਂ ਨੂੰ ਰੋਕ ਕੇ ਕਾਬੂ ਕਰਕੇ ਨਾਂ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣੇ ਇਹ ਨਾਂ ਦੱਸੇ। ਉਹ ਤੋਂ ਬਾਅਦ ਫਿਰ ਇਹਨਾਂ ਕੋਲ ਦੋ ਜਿਹੜੇ ਆ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰੀ ਹੋਰ ਬਰਾਮਦ ਹੋਈ, ਜਿਹੜੀਆਂ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੀਆਂ। ਇੱਕ ਕੱਲ੍ਹ ਮਿਤੀ 4 ਨੂੰ ਜੱਗਾ ਮਸੀਹ ਦੇ ਕੋਲੋਂ 13 ਗ੍ਰਾਮ ਹੀਰੋਇਨ ਜਿਹੜੀ ਉਹ ਬਰਾਮਦ ਕੀਤੀ ਹੈ ਮੋਟਰਸਾਈਕਲ 'ਤੇ ਆਉਂਦੇ। ਬੈਂਕ ਕਲੋਨੀ ਨਾਕਾ ਲਾਇਆ ਸੀ, ਉੱਥੇ ASI ਗੁਰਦੀਪ ਸਿੰਘ ਨੇ ਜਦੋਂ ਕਾਬੂ ਕਰਕੇ ਫਿਰ ਦੱਸਿਆ, ਅਤੇ ਸਬ ਇੰਸਪੈਕਟਰ ਗੁਰਸੇਵ ਸਿੰਘ ਨੇ ਜਿਹੜੀ ਸਾਰੀ ਕਾਰਵਾਈ ਕਰਕੇ ਅਤੇ ਗਾਹ ਉਹਦਾ ਹੁਣ ਅੱਜ ਰਿਮਾਂਡ ਲਵਾਂਗੇ ਅਤੇ ਫਿਰ ਉੱਥੋਂ ਪੁੱਛਗਿੱਛ ਹੋਈ ਹੈ ਜੀ। ਬਾਕੀ ਜਿਹੜੀ ਆ ਰਿਮਾਂਡ ਤੋਂ ਬਾਅਦ ਉਹਦੀ ਪੁੱਛਗਿੱਛ ਕਰਾਂਗੇ। ਠੀਕ ਹੈ।